70% ਤੋਂ ਵੱਧ ਨੰਬਰ ਹਾਸਲ ਕਰਨ ਵਾਲੇ ਸਰਕਾਰੀ ਸਕੂਲ ਲੁਧਿਆਣਾ ਦੇ ਵਿਦਿਆਰਥੀਆਂ ਦੇ ਲਈ ਗੁਰੂ ਨਾਨਕ ਭਵਨ ਵਿਖੇ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਸਮਰ ਕੈਂਪ ਮੈਥਮੈਟਿਕਸ ਦਾ ਆਯੋਜਨ ਕੀਤਾ ਗਿਆ, ਜਿਸ 'ਚ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਗਈ ਅਤੇ ਬੌਨ ਬ੍ਰੈਡ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਸਾਡੀ ਟੀਮ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀਗਾ ਸਮਰ ਕੈਂਪ ਦਾ, ਜੋ ਡੀਓ ਮੈਡਮ ਦੀ ਅਗਵਾਈ ਹੇਠ ਅਸੀਂ ਇਹ ਕਰ ਰਹੇ ਹਾਂ। ਇਸ ਸਮਰ ਕੈਂਪ ਦੇ ਵਿੱਚ ਅਸੀਂ ਬੱਚਿਆਂ ਨੂੰ ਫ੍ਰੀ ਆਫ ਕੋਸਟ ਮੈਥ ਦੀ ਕੋਚਿੰਗ ਦੇ ਰਹੇ ਹਾਂ। ਇਸ ਦੇ ਵਿੱਚ ਅਸੀਂ ਲੁਧਿਆਣੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਸਾਰੇ ਬੱਚੇ, ਉਹ ਬੱਚੇ ਚੁਣੇ ਹੈ ਜਿਨ੍ਹਾਂ ਦੇ ਮਾਰਕਸ 75% ਤੋਂ ਉੱਤੇ ਹਨ। ਇਹਨਾਂ ਬੱਚਿਆਂ ਨੂੰ ਅਸੀਂ ਮੈਥ ਦੇ ਟਿਪਸ ਐਂਡ ਟ੍ਰਿਕਸ ਔਰ ਪੂਰਾ ਸਿਲੇਬਸ ਕਰਵਾ ਰਹੇ ਹਾਂ। ਇਹ ਬੱਚੇ ਤਿਆਰ ਹੋ ਕੇ ਅੱਗੇ ਬਾਕੀ ਬੱਚਿਆਂ ਦੀ ਮਦਦ ਕਰਨਗੇ ਔਰ ਇਹਨਾਂ ਦਾ ਟਾਰਗੇਟ ਜਿਹੜਾ ਅਸੀਂ ਰੱਖਿਆ ਹੈ ਕਿ ਇਹ 100% ਲਿਆਉਣ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਮੈਰਿਟ ਦੇ ਵਿੱਚ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਲਿਆਉਣ ਵਾਸਤੇ ਇਹ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਦੇ ਵਿੱਚ ਅਸੀਂ ਬੱਚਿਆਂ ਨੂੰ ਡੇਲੀ ਮੋਟੀਵੇਸ਼ਨਲ ਲੈਕਚਰ ਦਿੰਦੇ ਹਾਂ ਤਾਂ ਕਿ ਬੱਚਿਆਂ ਦੀ ਕਰੈਕਟਰ ਬਿਲਡਿੰਗ ਕੀਤੀ ਜਾ ਸਕੇ, ਬੱਚਿਆਂ ਨੂੰ ਇੱਕ ਰਸਤਾ ਦਿਖਾਇਆ ਜਾ ਸਕੇ, ਪਲੱਸ ਹੋਰ ਸਬਜੈਕਟਾਂ ਦੇ ਵਿੱਚ ਵੀ ਵਧੀਆ ਕਰਨ ਵਾਸਤੇ ਉਤਸ਼ਾਹਿਤ ਕੀਤਾ ਜਾ ਰਿਹਾ। ਲੁਧਿਆਣੇ ਤੋਂ ਯੋਗੇਸ਼ ਕਪੂਰ ਦੇ ਨਾਲ ਹਰਜੀਤ ਸਿੰਘ ਦੀ ਰਿਪੋਰਟ, ਚੈਨਲ 2।